ਸਿੰਘ ਸਿੰਘ ਸੱਜਣ ਨੂੰ ਕਹਿੰਦੇ ਨੇ ਤੁਹਾਨੂੰ। ਮੈਂ ਹੁਣ ਦੇਖਿਆ ਕਿ ਤੁਸੀਂ ਬਹੁਤ ਰੱਬ ਦਾ ਨਾਮ ਲੈਂਦੇ ਹੋ, ਮਿੱਠੇ ਬੋਲ ਬਾਣੀ ਆ ਤੁਹਾਡੀ, ਸਿੰਘ ਸੱਜਣ ਬਾਰੇ ਅੰਦਰੋਂ ਵਿਚਾਰ ਆਉਂਦਾ ਹੈਗਾ ਕਿ ਸਜਾਂਗੇ ਬਾਬਾ ਜੀ? ਬਿਲਕੁਲ ਸਜਾਂਗੇ, ਸਿੰਘ ਵੀ ਸਜਾਂਗੇ, ਜਲਦੀ ਸਜਾਂਗੇ, ਹੈ ਨਾ, ਕਿਰਪਾ ਹੋ ਗਈ ਵਾਹਿਗੁਰੂ ਦੀ। ਲੱਗ ਰਹੇ ਆ ਨੇੜੇ, ਛੱਡਦੇ ਨੀ, ਹੈ ਨਾ। ਮੈਂ ਹੁਣ ਵੀ ਬਾਹਰ ਆ ਕੇ, ਮੈਨੂੰ ਬਾਹਰ ਆਇਆ, ਮੈਂ ਇੱਕ ਦਿਨ ਚਲੋ ਆ ਕੇ ਮੈਂ ਪਾਠ ਕਰਿਆ ਬਾਹਰ ਆ ਕੇ, ਹੈ ਨਾ, ਪਰ ਅੰਦਰ ਤਾਂ ਮੈਂ ਜਮਾ ਹੀ ਮਤਲਬ ਇਸੇ ਪਾਸੇ ਸੀਗਾ, ਹੈ ਨਾ। ਜੇ ਮੈਨੂੰ 10 ਮਿੰਟ ਵੀ ਇੱਧਰ ਉੱਧਰ ਮਿਲਣੇ, ਵਾਹਿਗੁਰੂ ਕਰਦੇ ਰਹਿਣਾ ਅੰਦਰ, ਹੈ ਨਾ। ਤੇ ਬਾਹਰ ਆ ਕੇ ਮਤਲਬ ਬੀਜੀ ਹੋ ਗਿਆ ਬੰਦਾ, ਹੈ ਨਾ। ਜਦੋਂ ਬਾਹਰ ਆ ਕੇ ਦੇਖਿਆ ਵੀ ਯਾਰ ਅੰਦਰ ਦੀ ਲਾਈਫ ਤਾਂ ਤੇ ਬਾਹਰ ਦੀ ਲਾਈਫ ਚ ਬਹੁਤ ਫਰਕ ਹੈ ਨਾ। ਇੱਥੇ ਬੰਦੇ ਨੂੰ ਸੱਚੀ ਟਾਈਮ ਨੀ ਲੱਗਦਾ, ਹੈ ਨਾ, ਨਾਮ ਸਿਮਰਨ ਵਾਸਤੇ ਵੀ, ਇੰਨੀ ਕੁ ਬੀਜੀ ਲਾਈਫ ਆ। ਪਰ ਮੈਂ ਕਿਹਾ ਵੀ ਮੈਂ ਇਸ ਤੋਂ ਪੈਣਾ ਨੀ, ਹੈ ਨਾ, ਕੰਮਾਂ ਚ, ਹੈ ਨਾ, ਵੀ ਜੇ ਹੁਣ ਜੁੜੇ ਹੋਏ ਆ ਤਾਂ ਜੁੜੇ ਰਹਿਣਾ, ਜੇ ਇਹ ਚੀਜ਼ ਪਿੱਛੇ ਆਪਣੇ ਆਪ ਨੂੰ ਪੱਕਾ ਕਰਨਾ ਪੈਂਦਾ, ਹੈ ਨਾ। ਤੇ ਵੀ ਮੈਂ ਤਾਂ ਨਿਤਨੇਮੀ ਹੋਣਾ ਰੋਜ਼, ਹੈ ਨਾ, ਵੀ ਆਪਣਾ ਅੰਮ੍ਰਿਤ ਵੇਲਾ ਵੀ ਸੰਭਾਲਣਾ ਆ। ਤੇ 2-4 ਦਿਨ ਔਖੇ ਹੋਈ, ਮੈਂ ਉਹਨੂੰ ਦੁਬਾਰਾ ਫਿਰ ਰੂਟੀਨ ਬਣਾ ਲਈ ਆਪਣੀ, ਤੇ ਉਵੇਂ ਹੀ ਦੁਬਾਰਾ ਪਾਠ ਕਰਨ ਲੱਗੇ, ਹੈ ਨਾ। ਤੇ ਹੌਲੀ ਹੌਲੀ ਕਿਰਪਾ ਹੋ ਰਹੀ ਆ, ਅੰਦਰ 3 ਬਾਣੀਆਂ ਦੀ ਸੰਥਿਆ ਲੈ ਕੇ ਆਏ ਸੀਗੇ, ਤੇ ਹੁਣ ਹੋਰ ਅੱਗੇ ਨੂੰ ਸਿੱਖਾਂਗੇ, ਹੈ ਨਾ। ਤੇ ਬਾਬਾ ਜੀ ਹੈਗੇ ਨੇ ਆਪਣਾ ਗੁਰਦੁਆਰਾ, ਸ਼ਹੀਦਾਂ ਦਾ ਗੁਰਦੁਆਰਾ, ਉੱਥੇ ਮੈਂ ਬਾਬਾ ਜੀ ਕੋਲ, ਉਹਨਾਂ ਨੇ ਪਹਿਲਾਂ ਵੀ ਮੈਨੂੰ ਕਿਹਾ ਸੀ ਨਵਦੀਪ ਮੇਰੇ ਕੋਲ ਆਇਆ ਕਰ, ਤੇ ਉਹਨਾਂ ਨਾਲ ਹੋਰ ਜੁੜਾਂਗੇ, ਤੇ ਕਿਰਪਾ ਹੋ ਗਈ, ਹੈ ਨਾ। ਤੇ ਜੁੜਨਾ ਚਾਹੀਦਾ ਦੇਖੋ ਸਾਰਿਆਂ ਨੂੰ, ਕੁਛ ਵੀ ਕਰ ਲਓ, ਕਿੰਨੇ ਵੀ ਉੱਪਰ ਚਲੇ ਜਾਓ, ਠੀਕ ਹੈ। ਮੋਡਰਨ ਆ, ਸਾਨੂੰ ਹਰੇਕ ਤਰੀਕੇ ਦੀ ਸਹੂਲਤ ਚਾਹੀਏ, ਅਸੀਂ ਵੀ ਆਪਣਾ ਕੰਮ ਕਰਦੇ ਹਾਂ, ਖੇਤੀ ਕਰਦੇ ਹਾਂ, ਵੱਡੀਆਂ ਗੱਡੀਆਂ ਵੀ ਹੈਗੀਆਂ ਨੇ, ਸਾਰੇ ਕਿਤੇ ਜਾਂਦੇ ਆਉਂਦੇ ਹਾਂ, ਬੈਠਦੇ ਹਾਂ, ਉੱਡਦੇ ਹਾਂ, ਸਭ ਕੁਛ ਕਰਦੇ ਹਾਂ ਨਾ। ਪਰ ਜੋ ਸਕੂਨ ਐਂਡ 'ਚ ਆ ਕੇ ਵਾਹਿਗੁਰੂ ਨਾਲ ਜੁੜ ਕੇ ਮਿਲਿਆ ਨਾ, ਉਹ ਠਹਿਰਾ ਪਹਿਲਾਂ ਨਹੀਂ ਸੀਗਾ ਜ਼ਿੰਦਗੀ ਦੇ ਅੰਦਰ, ਉਹ ਮਿਠਾਸ ਨਹੀਂ ਸੀਗੀ ਇੰਨੀ, ਹੈ ਨਾ, ਉਹ ਨਿਮਰਤਾ ਨਹੀਂ ਸੀਗੀ, ਕਿਤੇ ਨਾ ਕਿਤੇ ਫਿਰ ਵੀ ਹੰਕਾਰ ਤਾਂ ਹੈਗਾ ਸੀ ਵੀ ਮੈਂ ਪਤਾ ਨਹੀਂ ਕੀ ਹਾਂ, ਹੈ ਨਾ, ਮੈਂ ਪਤਾ ਨਹੀਂ ਵਾਟਰ ਕੈਨ ਨਾਲ ਕਰਤਾ, ਹੈ ਨਾ, ਮੇਰੇ ਨਾਲ 2-4 ਫੋਟੋਆਂ ਖਿਚਾਉਂਦੇ ਨੇ, ਮੈਂ ਪਤਾ ਨਹੀਂ ਕੀ ਹੈ, ਪਰ ਮੈਂ ਕੁਛ ਵੀ ਲੋਕਾਂ ਨੇ ਪਛਾਣਿਆ ਅੰਦਰ ਜੇਲ੍ਹ ਦੇ ਵਿੱਚ ਕਿ ਮੁੰਡਾ। ਹਾਂਜੀ ਹਾਂ, ਪਛਾਣਦੇ ਨੇ, ਉਹ ਤਾਂ ਪਹਿਲਾਂ ਵੀ ਨਹੀਂ ਭੁੱਲਦੇ ਕਰ, ਹੈ ਨਾ, ਕਿ ਜਦੋਂ ਕੌਮ ਤਾਂ ਕਿਸੇ ਦਾ ਰੱਖਦੀ ਨਹੀਂ, ਹੈ ਨਾ, ਉਹ ਤਾਂ ਹਮੇਸ਼ਾ ਹੀ ਸਿਰ ਤੇ ਬਿਠਾ ਕੇ ਰੱਖਦੀ ਹੈ। ਅੰਦਰ ਤਾਂ ਸਾਰੇ ਨੇ, ਮਤਲਬ ਜਿੰਨੇ ਵੀ ਮੁੰਡੇ ਸੀਗੇ, ਹੈ ਨਾ, ਜਿੰਨੇ ਆਪਣੇ ਸਿੰਘ ਸੀਗੇ, ਹੈ ਨਾ, ਸਾਰੇ ਸਾਰੇ ਗੁਰਦੁਆਰੇ 'ਚ ਸਾਰੇ ਵਿਚਰਦੇ ਸੀਗੇ ਇੱਕ ਦੂਜੇ ਨਾਲ, ਤੇ ਕੌਮ ਦੇ ਤਾਂ ਫਿਰ ਇਕੱਠੇ ਹੋ ਜਾਂਦੇ ਹੁੰਦੇ। ਛਬੀਲ ਆਪਣਾ ਜਦੋਂ ਸ਼ਹੀਦੀ ਦਿਹਾੜਾ ਸੀਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਤੇ ਉੱਥੇ ਅਸੀਂ ਛਬੀਲ ਲਾਈ ਜੇਲ੍ਹ ਦੇ ਅੰਦਰ, ਸਾਰੀ ਜੇਲ੍ਹ ਨੂੰ ਮਤਲਬ ਲਾ ਲਓ, ਹੈ ਨਾ, 45-50 ਹਜ਼ਾਰ ਰੁਪਏ ਖਰਚੇ ਆਏ ਸੀ ਉਹਦੇ ਅੰਦਰ, 1600 ਬੰਦਿਆਂ ਨੂੰ ਮਿੱਠੇ ਜਲ ਦੀ ਸੇਵਾ ਲਾਈ ਗਈ ਅੰਦਰ। ਤੇ ਸਭ ਕਿਰਪਾ ਦੇਖੋ ਹੈਗੀ ਵਾਹਿਗੁਰੂ ਦੀ, ਕਰਾਉਣ ਵਾਲਾ ਤਾਂ ਵਾਹਿਗੁਰੂ ਆ। ਅੰਦਰ ਅਸੀਂ ਇੱਕ ਬੋਰ ਠੀਕ ਕਰਾਇਆ ਸੀਗਾ, ਸਾਨੂੰ ਬਹੁਤ ਦਿੱਕਤ ਸੀਗੀ ਅੰਦਰ ਪਾਣੀ ਦੀ, ਤੇ ਉਹ ਸੇਵਾ ਲਈ ਅੰਦਰ ਵਾਹਿਗੁਰੂ ਨੇ, ਅਸੀਂ ਪਾਣੀ ਦੀ ਦਿੱਕਤ ਦੂਰ ਕਰਕੇ ਆਏ ਇੱਕ ਬਲੋਕ ਦੀ ਜੇਲ੍ਹ ਦੀ, ਹੈ ਨਾ। ਤੇ ਉਹ ਕਹਿੰਦੇ ਵੀ, ਮੈਂ ਕਿਹਾ ਜੀ ਪਾਣੀ ਦੀ ਬਹੁਤ ਦਿੱਕਤ ਆ, ਕਹਿੰਦੇ ਇੱਕ ਬੋਰ ਖਰਾਬ ਪਿਆ, ਉਹਨੂੰ ਠੀਕ ਕਰਾ ਲਓ, ਮੈਂ ਕਰਾ ਲਾਂ, ਮੈਂ ਕਿਹਾ ਸੰਗਤ ਨਾਲ ਮਿਲ ਕੇ ਕਰਾ ਲਓ, ਉਹ ਵੀ ਕਰਾਇਆ ਬਾਬਾ ਜੀ, ਸੇਵਾ ਲਈ, ਹੈ ਨਾ। ਤੇ ਮਤਲਬ ਟਾਈਮ ਨੂੰ ਇੱਕ ਵਧੀਆ ਤਰੀਕੇ ਨਾਲ ਇਨਵੈਸਟ ਕੀਤਾ, ਕਿਉਂਕਿ ਵੇਖੋ ਜੇਲ੍ਹ ਆ, ਜੇਲ੍ਹ 'ਚ ਗੈਂਗਸਟਰ ਵੀ ਹੈਗੇ ਨੇ। ਮੈਂ ਕਹਿੰਦਾ ਵੀ ਯਾਰ, ਮੈਂ ਕਈ ਵਾਰ ਸੋਚਦਾ ਹੁੰਦਾ ਸੀਗਾ, ਦੇਖੋ ਐਂ ਤਾਂ ਖਰ ਕਿਸੇ ਦਾ ਜੀ ਨੀ ਕਰਦਾ ਕੋਈ ਮਾੜਾ ਕੰਮ ਕਰਨ ਨੂੰ, ਹੈ ਨਾ। ਹੁਣ ਮੇਰੇ ਵਾਲੀ ਬੈਰਕ ਆ, ਮੇਰੇ ਵਾਲੀ ਬੈਰਕ 'ਚ ਸਾਰੇ ਮਤਲਬ ਹਾਰਡ ਕੋਰ ਕ੍ਰਿਮੀਨਲ ਨੇ, ਹੈ ਨਾ, ਜਿਹੜੇ 302 'ਚ ਪਏ ਨੇ, ਮਰਡਰ 'ਚ ਪਏ ਨੇ, ਹਾਂ ਮਰਡਰ 'ਚ ਪਏ ਨੇ, ਜਾਂ ਫਿਰ ਵੱਡੇ ਲੜਾਈ ਝਗੜਿਆਂ 'ਚ ਪਏ ਨੇ, ਉਹ 'ਚ ਗੈਂਗਸਟਰ ਵੀ ਆਏ ਹੋਏ ਨੇ, ਜਿਹੜੇ ਗੈਂਗਸਟਰ ਐਕਟਾਂ 'ਚ ਪਏ ਨੇ, ਹੈ ਨਾ। ਮੈਂ ਰਾਤ ਨੂੰ ਦੇਖਦਾ ਵੀ 50 ਬੰਦਿਆਂ ਦਾ ਬੈਡਰੂਮ ਹੈ, ਅਸੀਂ ਤਾਂ ਬੈਡਰੂਮ ਕਹਿੰਦੇ ਹੁੰਦੇ ਸੀ, ਹੈ ਨਾ, ਉਹਨੂੰ, ਅਤੇ ਵੀ ਕਿੰਨਾ ਕ੍ਰਿਮੀਨਲ ਮਾਇੰਡ ਪੜਿਆ ਇੱਥੇ, ਵੀ ਦੇਖਦਾ ਹੁੰਦਾ ਸੀਗਾ ਵੀ ਕਿਵੇਂ ਦਾ ਸਿਸਟਮ, ਸਾਰੇ ਤਰੀਕੇ ਦੇ ਬੰਦੇ ਮਿਲੇ ਅੰਦਰ, ਪਰ ਕੋਈ ਬੰਦਾ ਮਾੜਾ ਨਹੀਂ ਹੁੰਦਾ ਦਿਲ ਤੋਂ, ਹੈ ਨਾ। ਗੱਲਬਾਤ ਹੋਈ ਉਹਨਾਂ ਨਾਲ, ਸਾਰੇ ਇਕੱਠੇ ਰਹਿੰਦੇ ਸੀ, 50 ਬੰਦੇ ਇੱਕ ਬੈਰਕ, ਹਾਂ, ਸਾਰੀਆਂ ਕਹਾਣੀਆਂ ਸਾਂਝੇ ਕਰਦੇ ਸੀਗੇ ਵੀ ਮਤਲਬ ਕਿਸੇ ਦਾ ਮਾੜਾ ਕਰਮ ਕਰਨ ਨੂੰ ਜੀ ਨਹੀਂ ਕਰਦੇ, ਸਜ਼ਾ ਹੁੰਦੀ ਹੈ, ਕੁਛ
ਬੰਦਾ ਇੱਥੇ ਮਾੜੇ ਕਰਮ ਕਰ ਲੈਂਦਾ ਉਹਨਾਂ ਦੀ ਸਜ਼ਾ ਹੁੰਦੀ ਆ, ਕੁਛ ਕੁ ਨਜਾਇਜ਼ ਫਸੇ ਹੁੰਦੇ ਨੇ ਜਿਨ੍ਹਾਂ ਦੇ ਪਿਛਲੇ ਸ਼ਾਇਦ ਕੋਈ ਕਰਮ ਮਾੜੇ ਹੋਣ, ਕਈਆਂ ਦੀ ਮੱਤ ਵੱਜ ਜਾਂਦੀ ਆ, ਹਾਂ ਕਿ ਵੀ ਪਿਛਲੇ ਕੋਈ ਮਾੜੇ ਕਰਮ ਹੋਣਗੇ ਉਹਨਾਂ ਦੀ ਸਜ਼ਾ ਭੁਗਤਦੇ ਨੇ, ਪਰ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਨੇ ਜੇਲ੍ਹ ਦੇ ਅੰਦਰ। ਜੇਲ੍ਹ ਦੇ ਖਿਲਾਫ ਤੁਹਾਡੇ ਅੰਦਰ ਕੋਈ ਸਾਜਿਸ਼ ਹੋਈ ਸੀਗੀ ਜੇਲ੍ਹ ਚ? ਨਾ ਨਾ, ਮੇਰੇ ਅੰਦਰ ਮੇਰੇ ਵਾਸਤੇ ਕੋਈ ਸਾਜਿਸ਼ ਨਹੀਂ ਜੇਲ੍ਹ ਦੇ ਅੰਦਰ। ਤੰਗ ਕਰਦੇ ਸੀ ਬੰਦੇ? ਬਸ ਇਹ ਵੀ ਮੇਰੀ ਮੁਲਾਕਾਤਾਂ ਨਹੀਂ ਹੋਣ ਦਿੰਦੇ ਸੀਗੇ, ਹੈ ਨਾ, ਉਹ ਜ਼ਰੂਰ ਪ੍ਰਸ਼ਾਸਨ ਦਾ ਉਹ ਸੀਗਾ, ਅਤੇ ਜੇ ਮੈਂ ਫੋਨ ਕਰਦਾ ਸੀ ਮੇਰੀ ਰਿਕਾਰਡਿੰਗਾਂ ਸੁਣੀ ਜਾਂਦੀਆਂ ਸੀਗੀਆਂ ਉਦੋਂ, ਕਿਉਂਕਿ ਹਾਂ ਉਹ ਦੱਸਦੇ ਨੇ, ਹੈ ਨਾ, ਜਿਹੜੇ ਮੁੰਡੇ ਅੰਦਰ ਲੱਗੇ ਹੁੰਦੇ ਨੇ, ਹੈ ਨਾ, ਵੀ ਬਾਈ ਤੂੰ ਜਿਹੜੀ ਵੀ ਗੱਲ ਕਰੇਗਾ ਇੱਥੋਂ ਬਾਹਰ ਜਾਣੀ ਹੀ ਜਾਣੀ ਹੈ, ਜਿਹੜੀ ਤੂੰ ਬਾਹਰ ਗੱਲ ਕਰੇਗਾ, ਕਹਿੰਦਾ ਤੇਰੀਆਂ ਰਿਕਾਰਡਿੰਗਾਂ ਸੁਣੀਆਂ ਜਾਂਦੀਆਂ ਨੇ। ਤੇ ਜਿਵੇਂ ਕੈਮਰਾ ਮੇਰੇ ਬੈਰਕ ਦਾ, ਉਹ ਤੋਂ ਕੈਮਰਾ ਸਾਰਾ ਲੱਗਿਆ ਹੋਇਆ, ਮੇਰੀ ਬੈਰਕ ਦਾ ਕੈਮਰਾ ਖਰਾਬ ਸੀਗਾ। ਅੱਛਾ। ਤੇ ਖਾਸੇ ਟਾਈਮ ਠੀਕ ਨਹੀਂ ਕਰਾਇਆ ਹੋਣਾ, ਪਰ ਮੈਂ ਜਦੋਂ ਗਿਆ ਉਹ ਕੈਮਰਾ ਵੀ ਠੀਕ ਹੋ ਗਿਆ ਉੱਥੇ। ਅੱਛਾ। ਤੇ ਨਿਗਰਾਨੀ 'ਚ ਹੈਗੇ ਹਰ ਟਾਈਮ ਕੈਮਰੇ ਦੀ ਨਿਗਰਾਨੀ 'ਚ ਸੀਗੇ, ਐਂ ਨਹੀਂ ਸੀਗਾ ਵੀ ਮਤਲਬ ਵੀ ਨਵਦੀ ਹੁਣ ਕਿੱਥੇ ਪਏ ਨੇ, ਹਰ ਟਾਈਮ ਕੈਮਰੇ ਦੀ ਨਿਗਰਾਨੀ 'ਚ ਹੁੰਦੀ, ਸਾਰੀ ਜਿਹੜੀ ਕੈਮਰੇ ਦੀ ਨਿਗਰਾਨੀ ਦੇ ਅੰਦਰ।